ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਐਂਡ ਆਈ ਐਮ ਹੇਅਰ ਆਫਟਰ ਲੋਂਗ 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 ਟਾਈਮ। ਸੋ ਅੱਜ ਆਪਾਂ ਬਣਾਉਣ ਲੱਗੇ ਹਾਂ, ਇੱਕ ਡਿਪ ਤਿਆਰ ਕਰਾਂਗੇ ਆਪਾਂ। ਇਹਨੂੰ ਆਪਾਂ ਖਾਂਦੇ ਹਾਂ ਮੈਕਸੀਕਨ ਜਿਹੜੇ ਨੈਚੋਜ਼ ਹੁੰਦੇ ਨੇ, ਸੋਰੀ ਡੋਰੀਟੋਜ਼ ਹੁੰਦੇ ਨੇ, ਹੈ ਨਾ, ਉਹਦੇ ਨਾਲ। ਸੋ ਸਮਨ ਲਾਫਿੰਗ ਐਟ ਮੀ। ਸੋ ਲੈਟਸ ਗੈਟ ਸਟਾਰਟਡ। ਸੋ ਉਹਦੇ ਵਾਸਤੇ ਆਪਾਂ ਨੂੰ ਬਹੁਤ ਮਿਨੀਮਮ ਜਿਹੀਆਂ ਚੀਜ਼ਾਂ ਚਾਹੀਦੀਆਂ ਨੇ, ਬਟ ਬੜੀਆਂ ਹੀ ਆਪਣੀ ਸਿਹਤ ਵਾਸਤੇ ਜਿਹੜੀਆਂ ਕੀ ਕਹਿ ਸਕਦੇ ਹਾਂ ਵਧੀਆ ਨੇ ਅਤੇ ਹੈਲਥੀ ਸਮਾਨ ਆਪਣੇ ਕੋਲ। ਸੋ ਇਹ ਇੱਕ ਟਮਾਟਰ ਹੈ, ਇਹਦੇ 'ਚੋਂ ਆਪਾਂ ਅੱਧਾ ਹੀ ਟਮਾਟਰ ਯੂਜ਼ ਕਰਾਂਗੇ ਅਤੇ ਛੋਟਾ ਤੁਸੀਂ ਅਨੀਅਨ ਜਿਹੜਾ ਉਹਨੂੰ ਕੱਟ ਲਓ, ਅਤੇ ਆਪਣੇ ਹਾਫ ਲੈਮਨ ਹਾਫ ਨਿੰਬੂ ਲੈ ਲਓ ਅਤੇ ਇਹਨੂੰ ਆਪਾਂ ਸਕਵੀਜ਼ ਕਰਾਂਗੇ ਉੱਤੇ। ਅਤੇ ਇਹ ਆ ਐਵੋਕੈਡੋ, ਇਹਨੂੰ ਮੈਂ ਐਕਚੁਲੀ ਕੱਟ ਲਿਆ ਸੀਗਾ ਪਰ ਮੈਨੂੰ ਇੱਥੇ ਹੀ ਕੱਟਣਾ ਚਾਹੀਦਾ ਸੀ ਤੁਹਾਡੇ ਸਾਹਮਣੇ। ਸੋ ਜਦੋਂ ਤੁਸੀਂ ਇਹਦੇ 'ਚ ਕੱਟ ਪੂਰਾ ਕੱਟ ਕਰੋ ਇਹਨੂੰ ਇੱਦਾਂ ਕਰਕੇ, ਅਤੇ ਇਹ ਬੜੇ ਆਰਾਮ ਨਾਲ ਨਿਕਲ ਜਾਂਦਾ ਸੀ। ਐਂਡ ਬੜਾ ਸੋਹਣਾ ਐਵੋਕੈਡੋ ਮਿਲਿਆ ਅੱਜ ਸਾਨੂੰ, ਅਤੇ ਆਪਾਂ ਨਾ ਇਹਨੂੰ ਬਾਹਰ ਕੱਢ ਲਵਾਂਗੇ ਹੁਣੇ ਹੀ। ਔਰ ਉਸ ਤੋਂ ਬਾਅਦ ਆਪਾਂ ਇਹਨੂੰ ਥੋੜ੍ਹਾ ਮੈਸ਼ ਕਰਾਂਗੇ। ਸੋ ਇਹਨੂੰ ਆਪਾਂ ਕੱਢ ਲਿਆ, ਅਤੇ ਇਹ ਜਿਹੜਾ ਐਵੋਕੈਡੋ ਆ ਨਾ, ਇਹ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਆ। ਜਿਸ ਤਰ੍ਹਾਂ ਆਪਾਂ ਨੂੰ ਕਈ ਵਾਰੀ ਡਾਕਟਰ ਕਹਿ ਦਿੰਦੇ ਨੇ, ਸਾਡੇ ਪਤਾ ਨਹੀਂ ਪੰਜਾਬ ਵਿੱਚ ਹੁਣ ਇਹ ਐਵੋਕੈਡੋ ਮਿਲਦੇ ਨੇ ਕਿ ਨਹੀਂ ਮਿਲਦੇ, ਪਤਾ ਕਿਸੇ ਨੂੰ ਨਹੀਂ ਮਿਲਦੇ। ਪਰ ਜਿਹੜੇ ਕੋਈ ਫੈਮਿਲੀਜ਼ ਇੱਥੋਂ ਜਾਂਦੀਆਂ ਨੇ, ਉਹ ਜੇ ਉਹਨਾਂ ਨੂੰ ਪਸੰਦ ਹੁੰਦੇ ਜਾਂ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਲੱਗ ਜਾਂਦਾ ਕਿ ਵੀ ਵਾਕਈ ਦੀ ਯੂਨੋ ਬਹੁਤ ਵਧੀਆ ਆਪਣੀ ਸਿਹਤ ਵਾਸਤੇ, ਉਹ ਟਰਾਈ ਕਰਦੇ ਉੱਥੇ ਲੱਭਣ ਦੀ। ਹੋ ਸਕਦਾ ਕਿਸੇ ਦੂਰ ਸ਼ਹਿਰਾਂ 'ਚ ਮਿਲਦੇ ਹੋਣ, ਪਰ ਮੈਂ ਸ਼ਿਓਰ ਨਹੀਂ ਕਿ ਵੀ ਪੰਜਾਬ 'ਚ ਅਜੇ ਮਿਲਣੇ ਸ਼ੁਰੂ ਹੋਏ ਨੇ ਕਿ ਨਹੀਂ। ਪਰ ਇਹ ਬਹੁਤ ਸੋਹਣੀ, ਬਹੁਤ ਹੀ ਸਿਹਤ ਵਾਲੀ ਚੀਜ਼ ਆ, ਗੁੱਡ ਫੈਟ ਹੈ, ਬਹੁਤ ਸੋਹਣੀ। ਹਾਂ, ਗੁੱਡ ਫੈਟ ਆ, ਮਤਲਬ ਕਿ ਜੇ ਕਿਤਿਓਂ ਵੀ ਤੁਹਾਨੂੰ ਬੀ ਮਿਲਦੇ ਨੇ ਜਾਂ ਯੂਨੋ ਕੁਛ ਵੀ ਮਿਲਦਾ, ਤੁਸੀਂ ਟਰਾਈ ਕਰੋ ਆਪਣੇ ਉੱਥੇ ਲਾਉਣ ਦੀ ਆਪਣੇ ਆਪਣੇ ਵਾਸਤੇ। ਸੋ ਆਪਾਂ ਹੁਣ ਇਹਨੂੰ ਕਰਾਂਗੇ ਮੈਸ਼। ਇਹਨੂੰ ਆਪਾਂ ਮੈਸ਼ ਕਰ ਲਵਾਂਗੇ, ਮੈਸ਼ ਕਰਕੇ ਜਿੱਦਾਂ ਕਈ ਵਾਰੀ ਕੀ ਹੁੰਦਾ ਨਾ, ਡਾਕਟਰ ਜਿਹੜੇ ਨੇ ਉਹ ਤੁਹਾਨੂੰ ਮਨਾ ਕਰ ਦਿੰਦੇ ਨੇ ਕਿ ਤੁਸੀਂ ਜੀ ਘਿਓ ਨਹੀਂ ਖਾਣਾ, ਕਿਉਂਕਿ ਕੋਈ ਵੀ ਕਾਰਨ ਹੋ ਸਕਦੇ ਨੇ। ਉਹਦੀ ਜਗ੍ਹਾ ਦੇ ਉੱਤੇ ਘਿਓ ਦੀ ਜਗ੍ਹਾ ਦੇ ਉੱਪਰ ਕਿਉਂ ਕਰਦੇ ਪਏ ਬੱਚੇ ਉੱਦਾਂ, ਘਿਓ ਦੀ ਜਗ੍ਹਾ ਦੇ ਉੱਤੇ ਤੁਸੀਂ ਇਹਨੂੰ ਖਾ ਸਕਦੇ ਆ ਆਪਣੇ ਜਿਹਨੂੰ ਬ੍ਰੈਡ ਵਗੈਰਾ 'ਤੇ ਲਾ ਕੇ ਹੁੰਦਾ ਬੜਾ, ਮਤਲਬ ਬੰਦੇ ਨੂੰ ਇਹਨੂੰ ਖਾ ਕੇ ਵਧੀਆ ਲੱਗਦਾ ਕਿ ਵੀ ਜਿੱਦਾਂ ਕੋਈ ਚੰਗੀ ਚੀਜ਼ ਖਾਧੀ ਆ। ਸੋ ਇੱਥੇ ਆਮ ਮਿਲਦੇ ਨੇ, ਕਿਸੇ ਰੋਜ਼ ਮਿਲਣਗੇ ਆਮ ਆਪਣੇ ਵੀ ਉੱਥੇ ਇਨਸ਼ਾ ਅੱਲਾ, ਕਿਉਂਕਿ ਪਾਕਿਸਤਾਨ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਮੇਰੇ ਵੀਡੀਓ ਵੇਖਦੇ ਨੇ। ਥੈਂਕ ਯੂ ਵੈਰੀ ਮੱਚ ਫੋਰ ਯੂਅਰ ਕੋਆਪਰੇਸ਼ਨ। ਐਂਡ ਆਪਾਂ ਹੁਣ ਇਹਨੂੰ ਮੈਸ਼ ਕਰ ਲਿਆ ਆ। ਇਹਨੂੰ ਮੈਸ਼ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਬਸ ਕੁਛ ਨਹੀਂ ਕਰਨਾ, ਦੋ ਚਾਰ ਇਹਨਾਂ ਤੋਂ ਇਲਾਵਾ ਇੱਕ ਦੋ ਚੀਜ਼ ਆਪਾਂ ਥੋੜ੍ਹਾ ਹੋਰ ਪਾਵਾਂਗੇ ਜੇ ਤੁਹਾਨੂੰ ਵਿਸ਼ ਆ। ਸੋ ਟਮਾਟੋ ਪਾਓ ਔਰ ਅਨੀਅਨ ਪਾ ਲਓ। ਦੇਰ ਵੀ ਗੋ, ਅਨੀਅਨ ਨੂੰ ਜਿੰਨਾ ਮੈਂ ਕੱਟਿਆ ਸੀ ਵੈਸੇ ਛੋਟਾ ਅਨੀਅਨ ਸੀਗਾ, ਪਰ ਮੈਨੂੰ ਹੁਣ ਆਪਣੇ ਐਵੋਕੈਡੋ ਦੇ ਹਿਸਾਬ ਨਾਲ ਲੱਗ ਰਿਹਾ ਕਿ ਮੈਂ ਇਹਦੇ 'ਚ ਥੋੜ੍ਹਾ ਹੀ ਅਨੀਅਨ ਪਾਵਾਂ। ਸੋ ਇਹਨੂੰ ਆਪਾਂ ਕਰਾਂਗੇ ਥੋੜ੍ਹਾ ਮਿਕਸ। ਬੜੀ ਯੂਨੋ ਲਾਈਕ ਇਹ ਸਨੈਕ ਜਿਹੜਾ ਜਿੱਦਾਂ ਤੁਸੀਂ ਬੜਾ ਕੁਇਕ ਜਿਹਾ ਖਾਣਾ, ਕੋਈ ਵੀ ਗਰਮੀਆਂ ਨੇ ਖਾਸ ਕਰਕੇ ਜਦੋਂ ਮੰਨ ਲਓ ਇਗਜ਼ੈਂਪਲ, ਅਤੇ ਤੁਸੀਂ ਕੁਛ ਠੰਡਾ ਹਲਕਾ ਜਿਹਾ ਖਾਣਾ ਚਾਹੁੰਦੇ ਆ, ਉਹਦੇ ਵਾਸਤੇ ਇਹ ਚੀਜ਼ ਬੈਸਟ ਆ ਕਿ ਵੀ ਇਹ ਆਪਣਾ ਬਣ ਗਿਆ ਹੁਣ। ਔਰ ਇਹਦੇ ਵਿੱਚ ਆਪਾਂ ਪਾਵਾਂਗੇ ਲੈਮਨ, ਇਹਦੇ 'ਚ ਪਾ ਰਹੇ ਆਪਾਂ ਨਿੰਬੂ ਸਕਵੀਜ਼ ਕਰ ਦਾਂਗੇ। ਵੈਰੀ ਪਿਓਰ ਡਿਪ। ਅਤੇ ਠੀਕ ਹੈ ਜੀ, ਆਈ ਥਿੰਕ ਦਿਸ ਇਜ਼ ਇਨਫ। ਔਰ ਹੁਣ ਤੁਸੀਂ ਚਾਹੋ ਤਾਂ ਇਹਦੇ 'ਚ ਥੋੜ੍ਹੀ ਜਿਹੀ ਕਾਲੀ ਮਿਰਚ ਪਾ ਸਕਦੇ ਹਾਂ, ਅਤੇ ਨਮਕ ਪਾਓ ਇਹਦੇ 'ਚ, ਉਹ ਤਾਂ ਜ਼ਰੂਰੀ ਆ ਥੋੜ੍ਹਾ ਜਿਹਾ। ਜੇ ਨਹੀਂ ਪਾਉਣਾ ਚਾਹੁੰਦੇ ਇਟਸ ਆਲ ਅਪ ਟੂ ਯੂ, ਕਿਉਂਕਿ ਨਮਕ ਕਈ ਵਾਰੀ ਜਿਸ ਤਰ੍ਹਾਂ ਕੋਈ ਵੀ ਡਾਇਟਿੰਗ ਕਰ ਰਿਹਾ ਹੁੰਦਾ ਜਾਂ ਕੁਛ ਵੀ ਆ, ਉਹਨਾਂ ਨੂੰ ਉਹ ਟਰਾਈ ਕਰਦੇ ਨੇ ਕਿ ਨਮਕ ਨਾ ਖਾਈਏ। ਈਵਨ ਜੇ ਯੂਨੋ ਲਾਈਕ ਡਾਇਬਟੀਜ਼ ਜਾਂ ਕੁਛ ਵੀ ਇੱਦਾਂ ਦੀ ਪ੍ਰੋਬਲਮ ਵੀ ਆ, ਉਦੋਂ ਵੀ ਟਰਾਈ ਕੀਤੀ ਜਾਂਦੀ ਕਿ ਨਮਕ ਜਿਹੜਾ ਘੱਟ ਖਾਇਆ ਜਾਏ,
एंड हाई ब्लड प्रेशर भी नमक घट खाया जाए. सो जो तुम ये नमक नहीं पाना दैट्स ऑल अप टू यू, पर जो थोड़ा जहा पाना है टाइनी बिट तो तुम पा सकते हैं. तो मैं नमक पा ही लें क्योंकि आप पावे थोड़ा जहा. एंड हूँ इन असी करा मिक्स. थोड़ा जहा नमक को मिक्स कर लो. हम साडा जेड़ा हैगा यार आफ्टरनून स्नैक वो आर रेडी एंड यू कैन हैव इट. अपनी फैट वास्ते गुड फैट एंड बैड फैट नु खत्म करने वास्ते लेमन इज़ वेरी हेल्पिंग. तो यह जेडे डोरिटोज ने एक्चुअली दिस वन आई एम यूजिंग, मैं तुम्हें शो ही कर दिनी हाँ, ये मैनू वधिया लगते हैं. सो एक कादे बने हुए ने, ये बने हुए ने कॉर्नस दे. सो या लैक्टोस मिल्क यूज़ किया इन्होंने ये. सो ऑलराइट, थैंक यू वेरी मच फॉर वॉचिंग एंड आई विल सी यू इन अनदर वीडियो आई होप सून. बाय.